ਜੇ ਉਹਨੂੰ ਫੂਕਣ ਆਏ ਆ ਤੇ ਇੱਕ ਨਵਾਂ ਸਰਪ੍ਰਾਈਜ਼ ਵੀ ਆ, ਘਰ ਜਾ ਕੇ ਤੁਹਾਨੂੰ ਦਿਖਾਣਾ। ਆਪਾਂ ਲਿਆ ਇੱਕ ਨਵਾਂ ਟਰੈਕਟਰ। ਜ਼ਿਆਦਾ ਬੋਲਿਆ ਕਰ, ਨਹੀਂ ਮੈਂ ਬਦਨਾਮ ਕਰੂੰ ਸਾਲਿਆ, ਹੱਥਾਂ ਨਾਲ ਰੁਕ ਜੂਗਾ, ਇੰਨੀ ਤੇਜ਼ ਪਾਣੀ ਆ। ਵਿੱਚ ਸੈੱਟ ਲਈ ਮਸੋ ਲੱਭੀ ਆ, ਕਹੀ ਨੂੰ ਮੈਂ ਕਹਿਣ ਨਾ ਉਰੇ ਰੱਖੇ। ਛੋਟਾ ਜਿਹਾ ਵਿਚਾਰਾ ਕਿਵੇਂ ਬੈਠੇ ਗਰਮ, ਹਜੇ ਮਿੱਟੀ ਚੱਟ ਰਿਹਾ, ਬਾਅਦ ਚੋਂ ਘੱਟ ਜੂਗਾ। ਆਹ ਹੈਗਾ ਜੀ ਗੇਅਰ, ਤੇ ਆਹ ਦੇਖੋ ਉਰੇ ਦਿੱਤਾ ਹੋਇਆ ਇਹਨਾਂ ਨੇ, ਆਹ 4x4 ਜੀ। ਮੈਂ ਰਹਿ ਗਿਆ ਇਕੱਲਾ ਤੇ ਰਾਤ ਦੇ ਵੱਜ ਕੇ 1। ਇਹਨਾਂ ਨੇ ਪਹਿਲਾਂ ਵੀ ਸਾਡੇ ਉਰੇ ਪਿੰਡ ਦੇ ਵਿੱਚ ਇੱਕ ਜਵਾਕ ਮਾਰਤਾ, ਤੇ ਪਹਿਲਾਂ ਇੱਕ ਬਹੁਤ ਪਹਿਲਾਂ ਇੱਕ ਬੰਦਾ ਵੀ ਮਾਰਿਆ। ਸਤਿ ਸ਼੍ਰੀ ਅਕਾਲ ਜੀ, ਅੱਜ ਦਾ ਬਲੌਗ ਕਰਨ ਲੱਗਿਆ ਸ਼ੁਰੂ, ਤੇ ਪਿੰਡ ਬੈਠੇ ਸੀਗੇ। ਅੱਜ ਹੈਗਾ ਚੌਥਾ ਦਿਨ ਤੇ ਕਰਾਹ ਲਾਉਣ ਦਾ ਜਿਹੜਾ ਹੈਗਾ, ਕਿਉਂਕਿ ਅੱਜ ਲੱਗਣਾ ਲੇਜ਼ਰ ਕਰਾਹ, ਤੇ ਉਹਦੀ ਵੇਟ ਕਰ ਰਹੇ ਹਾਂ, ਤੇ ਉਹਦੇ ਨਾਲ ਆਪਾਂ ਦੂਜਾ ਵੀ ਲਾਵਾਂਗੇ, ਮੈਨੂਅਲ ਵਾਲਾ ਵੀ। ਲੇਜ਼ਰ ਕਰਾਹ ਨਾਲ ਨਾਲ ਚੱਲੀ ਜਾਊਗਾ, ਨਾਲ ਆਪਾਂ ਮੈਨੂਅਲ ਵਾਲਾ ਚਲਾਈ ਜਾਵਾਂਗੇ। ਤੇ ਅਸੀਂ ਹੁਣ ਆਏ ਸੀ ਦੂਜੇ ਖੇਤ, ਕਿਉਂਕਿ ਕੱਲ੍ਹ ਅਸੀਂ ਵੱਟਾਂ ਸੀਗੀਆਂ ਜਿਹੜੀਆਂ ਸਾਰੀਆਂ ਆਪਾਂ ਖੁਰਚਵਾਈਆਂ ਸੀ, ਤੇ ਅੱਜ ਉਹਨੂੰ ਫੂਕਣ ਆਏ ਹਾਂ। ਕਿਉਂਕਿ ਹੁਣ ਇਹ ਨਾ ਕਹਿ ਦਿਓ ਪੋਲਿਊਸ਼ਨ ਕਰ ਰਹੇ ਹਾਂ, ਕਿਉਂਕਿ ਇਹਦਾ ਹੋਰ ਕੋਈ ਸਾਧਨ ਹੀ ਨਹੀਂ ਹੈਗਾ। ਆਪਾਂ ਇਹਨੂੰ ਲੈ ਕੇ ਕਿੱਥੇ ਜਾਏ, ਕਿਹੜਾ ਸ਼ਹਿਰ ਆ ਕਿ ਕੂੜੇ ਵਾਲਾ ਲੈ ਜੂਗਾ। ਅਤੇ ਆਪਾਂ ਥੋੜ੍ਹਾ ਜਿਹਾ ਹੀ ਆ, ਇਹਨੂੰ ਫੂਕਤਾ, ਜਿੰਨਾ ਵੀ ਮਤਲਬ ਘਾਹ ਸੀਗਾ, ਘਾਹ ਸਾਰਾ ਉਰੋਂ ਦੀ ਪੱਟ ਕੇ ਸਾਈਡ 'ਤੇ ਰੱਖਦਾ, 2 ਦਿਨ 'ਚ ਸੁੱਕ ਜਾਂਦਾ, ਫਿਰ ਉਹ ਤੋਂ ਬਾਅਦ ਉਹਨੂੰ ਅੱਗ ਲਾ ਦਿਉ। ਆਹੀ ਆ, ਵੈਸੇ ਤਾਂ ਸਾਧਨ ਹੋਰ ਕੋਈ ਹੈ ਵੀ ਨਹੀਂ, ਫੈਕਟਰੀ ਵਾਲਿਆਂ ਨਾਲੋਂ ਪੋਲਿਊਸ਼ਨ ਨਾਲੋਂ ਤਾਂ ਠੀਕ ਹੀ ਹੈ ਕੰਮ। ਅਤੇ ਮਿਲੋ ਵੀ ਗੋਦੂ ਬਾਈ ਨੂੰ ਲੱਗਿਆ ਹੋਇਆ ਕੰਮ ਕਰਨ। ਗੋਦੂ ਬਾਈ ਦੱਸ, ਕਾਹਤੋਂ ਫੂਕਦੇ ਹਾਂ ਆਪਾਂ? ਇਹ ਸਫਾਈ ਕਰਨ ਦੇ ਲਈ। ਅੱਛਾ, ਕਿਉਂ ਲੋੜ ਆ ਵੀ ਸਫਾਈ ਦੀ? ਸਫਾਈ ਜਿਵੇਂ ਬੈਠਣਾ ਉੱਠਣਾ ਉੱਠਣਾ। ਅੱਛਾ, ਆ ਨਹੀਂ ਰੈਲੀਵੈਂਟ, ਉਹ ਦੱਸ ਕਿ ਜਗ੍ਹਾ ਨੂੰ ਫਾਇਦਾ ਕੀ ਹੈ ਇਹਦਾ? ਜਗ੍ਹਾ ਦਾ ਇਹੀ ਫਾਇਦਾ ਵੀ ਫਸਲ ਦੇ ਵਿੱਚ ਨਾ ਹੋਵੇ ਕੱਖ। ਹਾਂ, ਨਹੀਂ ਤਾਂ ਫਿਰ ਫਸਲ ਖਰਾਬ ਹੁੰਦੀ ਆ, ਨਹੀਂ ਤਾਂ ਫਿਰ ਫਸਲ ਖਰਾਬ ਹੁੰਦੀ ਆ ਤਾਂ ਵੈਸੇ ਕੱਖ ਵੱਢੀ ਦਾ ਮੇਨਲੀ ਤਾਂ। ਤੇ ਗੋਦੂ ਲੱਗਿਆ ਹੋਇਆ ਮਿਹਨਤ ਕਰਨ, ਆ ਮਾਰਿਆ ਚੱਕ ਕੇ ਅੱਗ 'ਚ ਸਿੱਟਤਾ। ਤੇ ਇੱਕ ਨਵਾਂ ਸਰਪ੍ਰਾਈਜ਼ ਵੀ ਆ, ਘਰ ਜਾ ਕੇ ਤੁਹਾਨੂੰ ਦਿਖਾਉਣਾ। ਆਪਾਂ ਲਿਆ ਇੱਕ ਨਵਾਂ ਟਰੈਕਟਰ, ਤੇ ਉਹ ਵੀ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਹਾਂ। ਤੇ ਦੱਸਿਓ ਕਿਵੇਂ ਦਾ ਲੱਗਿਆ ਨਵਾਂ ਲਿਆ ਆਪਾਂ? ਤੇ ਵਰਿੰਦਰ ਬੋਲਣਾ ਚਾਹਾਂਗਾ, ਵਰਿੰਦਰ ਦਾ ਪਤਾ ਨਹੀਂ ਕਿਹਨੂੰ ਸਟ੍ਰਿਕਾਂ ਭੇਜ ਰਹੇ, ਕੌਣ ਸਾਰੀਆਂ ਕੌਣ ਨੇ ਬੰਦੇ, ਕਿਉਂ ਨਾ ਭੇਜ, ਬੋਲ ਫਿਰ, ਜ਼ਿਆਦਾ ਬੋਲਿਆ ਕਰ, ਨਹੀਂ ਮੈਂ ਬਦਨਾਮ ਕਰੂੰ ਸਾਲਿਆ ਸਾਰਿਆਂ ਨੂੰ। ਅੱਜ ਪਹੁੰਚ ਗਏ ਸੀ ਨਿਆਈ ਵਾਲੇ ਖੇਤ। ਨਿਆਈ ਵਾਲਾ ਖੇਤ ਮਤਲਬ ਕਿ ਪਿੰਡ ਦੇ ਨਾਲ ਹੀ ਆ ਜਮੀ, ਉਹ ਦੇਖੋ ਉੱਥੋਂ ਦੇ ਪਿੰਡ ਵਾਲੇ ਘਰ ਨੇ, ਇਹ ਨਾਲ ਹੀ ਆ। ਤੇ ਉਰੇ ਪਾਣੀ ਛੱਡਿਆ ਹੋਇਆ ਸੀਗਾ, ਤੇ ਆਏ ਸੀਗੇ, ਤੇ ਰਸਤੇ 'ਚ ਜਾਂਦੇ ਦੇਖਿਆ ਚਰੀ ਬੀਜੀ ਹੋਈ ਆ ਜੀ ਆਪਾਂ, ਤੇ ਨੱਕਾ ਟੁੱਟ ਗਿਆ। ਤੇ ਹੁਣ ਗੱਡੀ ਵਾਲਾ ਕਿਸਾਨ ਦੇ ਦੇਖੋ, ਹੁਣ ਨਾਲ ਕਹੀ ਤਾਂ ਰੱਖ ਨਹੀਂ ਸਕਦਾ, ਹੁਣ ਲੱਗਿਆ ਹੋਇਆ ਹੱਥਾਂ ਨਾਲ ਕਰ, ਹੱਥਾਂ ਨਾਲ ਰੁਕ ਜੂਗਾ, ਇੰਨੀ ਤੇਜ਼ ਪਾਣੀ ਆ। ਚੱਲ ਦੇਖਦੇ ਹਾਂ, ਚਲੋ ਦੇਖਦੇ ਹਾਂ ਕੀ ਪਤਾ ਰੋਕ ਹੀ ਲਵੇ, ਲੱਗਿਆ ਹੋਇਆ ਵੀ ਕਿਸਾਨ, ਗੱਡੀ ਵਾਲਾ ਕਿਸਾਨ ਇਹ, ਬਿਨਾਂ ਕਹੀ ਤੋਂ ਹੱਥਾਂ ਨਾਲ ਕੰਮ ਕਰਨ ਵਾਲਾ। ਤੇ ਉਰੇ ਲਾਇਆ ਸੀਗਾ ਪਿਛਲੀ ਵਾਰ ਕਰਾ, ਤੇ ਉਦੋਂ ਕਰਿਆ ਸੀਗਾ, ਤੁਹਾਨੂੰ ਦਿਖਾ ਦੱਸਦਾ ਇੱਕ ਵਾਰੀ, ਰੁਕੋ। ਆਹ ਲਾ ਲਓ, ਆਹ ਜਗ੍ਹਾ ਇੱਧਰ ਵਾਲੀ ਸਾਰੀ ਇੱਕ ਬਰਾਬਰ ਕਰੀ ਸੀ ਮੈਂ, ਉਹ ਜਿੱਥੇ ਤੱਕ ਹੈਗਾ ਆ ਗ੍ਰੀਨ ਗ੍ਰੀਨ, ਅਤੇ ਉਹ ਸਾਹਮਣੇ ਸੂਆ ਦਿਖ ਰਿਹਾ ਉੱਥੇ ਤੱਕ, ਆਹ ਟੱਕ ਅੱਡ ਕਰਤਾ ਸੀਗਾ। ਪਤਾ ਵੀ ਵਰਿੰਦਰ ਲਾਤਾ ਫਿਰ ਹੱਥਾਂ ਨਾਲ ਹੀ, ਖੇਤੀ ਕਰਨੀ ਆ ਫਿਰ ਤਾਂ ਇਹੀ ਆ, ਜੇ ਲਾਈਟ ਹੈਗੀ ਆ ਕੁਛ ਵੀ ਆ ਫਿਰ ਗੇਟ ਮਾਰਦੇ ਰਹਿਣਾ ਪੈਂਦਾ, ਕਿਉਂਕਿ ਕਿਤੇ ਵੀ ਨੱਕਾ ਟੁੱਟ ਜਾਂਦਾ ਕੁਛ ਵੀ ਆ। ਹੁਣ ਅਸੀਂ ਦੇਖ ਲਓ, ਉਹ ਸਾਹਮਣੇ ਵਾਲੇ ਉੱਧਰ ਖੇਤ 'ਚ ਜਾ ਰਹੇ ਸੀਗੇ, ਅਤੇ ਰਾਹ ਜਾਂਦੇ ਸਾਨੂੰ ਦੇਖਿਆ ਨੱਕਾ ਟੁੱਟਿਆ, ਗੱਡੀ ਰੋਕੀ, ਫਟਾਫਟ ਨੱਕਾ ਲਾ ਕੇ ਹੁਣ ਅੱਗੇ ਜਾ ਰਿਹਾ। ਕੰਮ ਸਾਨੂੰ ਵੈਸੇ ਉੱਧਰ ਸੀਗਾ। ਉੱਧਰ ਕੀ ਕਰਨੇ ਜਾਣਾ ਵਰਿੰਦਰ? ਪੈਪ ਠੀਕ ਕਰਾਈ ਆ? ਕੈਪਟੀ ਕੀ ਆ ਹੁਣ? ਅੱਛਾ, ਕੈਪਟੀ ਕਰਾਈ ਆ ਵੀ, ਕੈਪਟੀ ਆਪਾਂ ਪੁੱਛ ਲਿਆ ਕੀ ਆ। ਕੈਪਟੀ ਹੈਗਾ ਵੀ ਬੋਰ 'ਚ ਪਾਣੀ ਘੱਟ ਆ ਰਿਹਾ ਸੀ, ਕੋਈ ਕੈਪਟੀ ਹੁੰਦੀ ਹੋਣੀ, ਦੇਖਦੇ ਹਾਂ ਕੀ ਆ। ਉਹ ਕਰਾਈ ਆ ਕਿ ਪਾਣੀ ਥੋੜ੍ਹਾ ਜਿਹਾ ਜ਼ਿਆਦਾ ਆਵੇ, ਧਰਤੀ 'ਚੋਂ ਨਿਕਲੇ ਜ਼ਿਆਦਾ। ਆਉਣ ਦੇ ਵੀ ਪਜਾਮੇ,
ਮਨਿੰਦਰ ਬਣ ਜਾਏਗਾ ਹੌਲੀ ਹੌਲੀ ਐਨ। ਪਹਿਲਾਂ ਤੁਸੀਂ ਠੇਕੇ ਵਾਲੇ ਕਿਸਾਨ ਸੀ ਆਪਾਂ, ਹੁਣ ਹੈਗੇ ਆ ਅਸਲੀ ਖੇਤੀ ਕਰਨ ਵਾਲੇ। ਜਿੱਦਣ ਦੀਆਂ ਕੋਰਟ 'ਚ ਛੁੱਟੀਆਂ ਹੋਈਆਂ ਨੇ ਵਰਿੰਦਰ ਉੱਦਣ ਦਾ ਲਾਹਾ ਲੈਣ ਲੱਗਿਆ ਹੋਇਆ ਸਵੇਰੇ, ਕਹਿੰਦਾ ਆ ਜਾ। ਜਦੋਂ ਆਪ ਉੱਠਦਾ 4-5 ਵਜੇ, 5 ਵਜੇ ਉੱਠ ਕੇ ਨਾ ਜਦੋਂ ਆਪ ਬਾਹਰ ਨੂੰ ਨਿਕਲੂਗਾ ਦੁਆਰ ਤੋਂ ਇੱਕ ਵਾਰ ਆ ਕੇ, ਫਿਰ ਮੈਨੂੰ ਠਾਲ ਕੇ ਬਾਜੂ 9 ਵਜੇ ਆ ਜੀ ਖੇਤ। ਚੱਲ ਕੋਈ ਪੂਰਾ ਲਾਹਾ ਲੈ ਰਿਹਾ ਕੋਰਟ ਦੀਆਂ ਛੁੱਟੀਆਂ ਦਾ, ਬੰਦਾ ਘੁੰਮਣ ਫਿਰਨ ਜਾਂਦਾ। ਇਹ ਵਰਿੰਦਰ ਮੈਨੂੰ ਖੇਤਾਂ 'ਚ ਕੰਮ ਲਵਾ ਰੱਖੇ ਨੇ। ਜੇਬ 'ਚ ਪਾਈ ਹੋਈ ਸੀ ਪੈਨ ਡਰਾਈਵ, ਵਿੱਚ ਸੈੱਟ ਲਈ ਮਸੋ ਲੱਭੀ ਆ। 10 ਮਿੰਟ ਹੋ ਗਏ ਲੱਗੇ ਨੂੰ, ਹੁਣ ਲੱਭੀ ਆ ਜਾ ਕੇ ਆ ਪੈਨ ਡਰਾਈਵ, ਪਤਾ ਨਹੀਂ ਚੱਲ ਜੂਗੀ। ਹੁਣ ਧੁੱਪ 'ਚ ਰੱਖ ਕੇ ਦੇਖਾਂਗੇ ਇਹਨੂੰ। ਕਹਿੰਦਾ ਨਵੀਂ ਲਈ ਸੀ 450 ਦੀ, ਗਾਣੇ ਭਰਾ ਕੇ ਚਿੱਪ 'ਚ ਕਿਚ ਚਿੱਪ 'ਚ, ਕਹਿੰਦਾ ਬਸ ਹੁਣ ਸੁਕਾ ਕੇ ਚੱਲਣੀ ਚਾਹੀਦੀ, ਗਾਣੇ ਚੱਲ ਜਾਣ, ਹੋਰ ਕੋਈ ਚੱਕਰ ਨਹੀਂ ਹੈਗਾ। ਆਪਾਂ ਇਹ ਵਾਲਾ ਸਾਰਾ ਏਰੀਆ ਭਰਨਾ, ਅਤੇ ਇਸ ਕਰਕੇ ਆਪਾਂ ਦੇਖ ਰਹੇ ਸੀਗੇ ਕਿੱਥੇ ਕਿੱਥੇ ਮੰਦਰ ਨੂੰ ਆਏ ਸੀ ਚੈੱਕ ਕਰਨ, ਆਊਟ ਵੀ ਇੱਕ ਜਗ੍ਹਾ ਪਾ ਲਵਾਂਗੇ ਵੀ ਹੱਥਾਂ ਨਾਲ ਚੈੱਕ ਕਰਨ ਕਿ ਅੱਗੇ ਨਾ ਪਾਣੀ ਜਾਵੇ, ਕਿਉਂਕਿ ਫਾਇਦਾ ਕੀ ਆ ਭਰਨਾ ਆਪਾਂ ਆਲੀ ਜਗ੍ਹਾ। ਕਹੀ ਨੂੰ ਮੈਂ ਕਹਿ ਨਾ ਉਰੇ ਰੱਖੇ, ਉਹ ਦੂਜਾ ਜਿਹੜਾ ਨੌਕਰ ਆ ਉਹ ਕਹੀ ਲੈ ਗਿਆ ਨਾਲ ਉੱਧਰ, ਨਹੀਂ ਤਾਂ ਉਹ ਕਹੀ ਨਾਲ ਹੀ ਲਾ ਦਿੰਦੇ ਉਰੇ, ਪਿਆ ਹੋਣੀ ਸੀ ਕੋਠੇ 'ਚ। ਚਲੋ ਲੱਗ ਗਿਆ ਹੁਣ ਤਾਂ, ਚਲੋ ਹੁਣ ਧੋ ਲਾਂਗੇ ਉੱਥੇ ਜਾ ਕੇ ਹੱਥ। ਦੇਖਿਆ ਛੋਟਾ ਜਿਹਾ ਵਿਚਾਰਾ ਕਿਵੇਂ ਬੈਠਿਆ ਗਰਮੀ ਕਰਕੇ ਐਨ ਬੋਰ, ਕਿਉਂਕਿ ਉਰੋਂ ਦੀ ਠੰਡਾ ਹੁੰਦਾ ਨਾ ਧਰਤੀ, ਉਰੋਂ ਪਾਣੀ ਨਿਕਲਦਾ, ਕਿਵੇਂ ਵਿਚਾਰਾ ਦੇਖਿਆ। ਇਹ ਕੀ ਪਹਿਲਾਂ ਕੀ ਸੀਗਾ ਉਰੇ? ਅੱਛਾ, ਤਾਂ ਹੀ ਇਹੋ ਜਿਹੇ ਮਿੱਟੀ ਕੱਢ ਰਿਹਾ, ਬਾਅਦ 'ਚ ਘੱਟ ਜੂਗਾ ਹੈ। ਚੱਲ ਠੀਕ ਆ, ਆਪਾਂ ਉਰੇ ਵੀ ਦੇਖ ਕੇ ਚੈੱਕ ਤਾਂ ਕਰਨਾ ਪੈਣਾ ਸੀ ਨਾ, ਕਿਉਂਕਿ ਆਪਾਂ ਇਹਦੀ ਕੈਪਟੀ ਪਵਾਈ ਆ, ਅਤੇ ਪਹਿਲਾਂ ਮਿੱਟੀ ਕੱਢ ਰਹੇ ਆ ਕਿਉਂਕਿ ਨਵੀਂ ਚੀਜ਼ ਪਈ ਆ, ਉੱਥੇ ਪਾਣੀ ਚੱਕ ਰਿਹਾ, ਹੌਲੀ ਹੌਲੀ ਸਾਫ਼ ਹੋਈ ਜਾਵੇ। ਜੇ ਰੇਤਾ ਕੱਢਦਾ ਫਿਰ ਆਪਾਂ ਨੂੰ ਔਖਾ ਹੋ ਜਾਂਦਾ ਕੰਮ। ਅਤੇ ਆਹ 2 ਮੋਟਰਾਂ ਨੇ ਆਪਾਂ ਨੂੰ ਇੱਥੇ ਆਲੀ ਜਗ੍ਹਾ 'ਚ, ਅਤੇ ਆਹ ਦੇਖੋ ਸਾਰਾ, ਅਤੇ ਆਹ ਪੋਲਟਰੀ ਫਾਰਮ ਆ ਜਿਹੜਾ ਸਰਪ੍ਰਾਈਜ਼ ਕਹਿੰਦੇ ਸੀ, ਆਹ ਆ 4x4 ਟਰੈਕਟਰ ਲਿਆ ਨਵਾਂ, ਦੱਸੋ ਕਿਵੇਂ ਲੱਗ ਰਿਹਾ। ਅਤੇ ਅੱਜ ਇਹ 'ਤੇ ਲਾਵਾਂਗੇ ਕਰਾਹ, ਹਜੇ ਨਵੇਂ ਕਰਕੇ ਛੱਤ ਛੁੱਤ ਹੈ ਨਹੀਂ, ਚਾਹ ਹੁੰਦਾ ਮੈਂ ਕਿਹਾ ਨਵੇਂ ਦਾ, ਮੈਂ ਕਿਹਾ ਕੁਛ ਨਹੀਂ ਹੁੰਦਾ ਛੱਤ ਨੂੰ, ਮੈਂ ਕਿਹਾ ਇਹ 'ਤੇ ਉਹ ਪਾਵਾਂਗੇ ਕਰਾਹ, ਅੱਜ ਇਹ 'ਤੇ ਉਹ ਲਾਉਣਾ 4x4 'ਤੇ। ਅਤੇ ਆਪਣਾ ਲੇਜ਼ਰ ਕਰਾਹ ਵਾਲੇ ਦਾ ਫੋਨ ਆ ਗਿਆ ਸੀ, ਉਹ ਪਹੁੰਚ ਗਿਆ, ਅਤੇ ਹੁਣ ਬਸ ਟਰੈਕਟਰ ਕੱਢ ਕੇ ਮੈਂ ਖੇਤ 'ਤੇ ਪਹੁੰਚਦਾ। ਅਤੇ ਇਹਦੇ ਤਾਂ ਬਾਹਲਾ ਘੈਂਟ ਆ ਸਿਸਟਮ, ਪੈਰ ਰੱਖਣ ਨੂੰ ਐਨ ਬਰਾਬਰ ਨਹੀਂ, ਉਹਦੇ ਉੱਪਰ ਨੀਚੇ ਪੈਰ ਰੱਖ ਕੇ ਨਾ ਥੋੜ੍ਹੇ ਟਾਈਮ ਬਾਅਦ ਪੈਰ ਦੁਖਣ ਲੱਗ ਜਾਂਦੇ ਨੇ। ਅਤੇ ਆਹ ਮੰਮੀ ਨੇ ਲੋਈ ਪਰਨਾ ਫੜਾ ਤਾ, ਅਤੇ ਆਹ ਹਾਈ ਲੋਅ ਵਾਲਾ ਹੋ ਗਿਆ, ਅਤੇ ਲਿਫਟ ਇਹਦੇ ਬੜੀ ਘੈਂਟ ਦਿੱਤੀ ਹੋਈ ਆ ਸਾਈਡ 'ਤੇ, ਕਿ ਨਹੀਂ ਨਾ ਜਦੋਂ ਆਪਾਂ ਲਿਫਟ ਐਂ ਉੱਪਰ ਨੀਚੇ ਚੱਕਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਆਪਣੇ ਸੱਟ ਜੀ ਵੱਜੀਆਂ, ਕਿਤੇ ਕਿਤੇ ਬਾਂਹ ਵੱਜ ਜਾਂਦੇ, ਕਿਤੇ ਕਿਤੇ ਆਹ ਹੈਗਾ ਜੀ ਗੇਅਰ। ਅਤੇ ਆਹ ਦੇਖੋ ਉਰੇ ਦਿੱਤਾ ਹੋਇਆ ਇਹਨਾਂ ਨੇ, ਆਹ 4x4 ਹਜੇ 2x2 ਕੀਤਾ ਹੋਇਆ, ਅਤੇ ਹੁਣ 4x4 ਤਾਂ ਜੇ ਲੋੜ ਪਊਗੀ ਉਦੋਂ ਕਰ ਲਓ। ਆਹ ਦੇ ਰੱਖੀ ਆ ਰੇਸ, ਪੈਰ ਵਾਲੀ ਰੇਸ, ਅਤੇ ਆਹ ਹੱਥ ਵਾਲੀ ਰੇਸ, ਅਤੇ ਆਹ ਬ੍ਰੇਕ ਹੋ ਗਈ। ਇਹਦੇ ਇੱਕ ਚੀਜ਼ ਬੜੀ ਘੈਂਟ ਆ, ਜਿਵੇਂ ਗੇਅਰ ਚਾਹੇ ਉਰੇ ਅੱਗੇ ਵਾਲਾ ਪਹਿਲਾ ਚਾਹੇ ਦੂਜਾ ਜਿਹੜਾ ਵੀ ਪਿਆ ਹੋਇਆ, ਜੇ ਤੁਸੀਂ ਬੈਕ ਕਰਨੀ ਹੈ ਨਾ ਸਿੱਧਾ ਉਰੋਂ ਕਰ ਸਕਦੇ ਹਾਂ। ਆਹ ਦੇਖੋ ਹੁਣ ਬੈਕ ਗੇਅਰ ਪੈ ਗਿਆ, ਇੱਧਰੋਂ ਬੈਕ ਗੇਅਰ ਪੈ ਗਿਆ, ਆਹ ਨਿਊਟਰਲ, ਆਹ ਅੱਗੇ ਵਾਲਾ ਪੈ ਗਿਆ ਦੁਬਾਰ ਤੋਂ। ਇਹ ਬੜੀ ਘੈਂਟ ਚੀਜ਼ ਦਿੱਤੀ ਆ, ਹੱਥ 'ਚ ਹੀ ਦੇ ਤਾ ਗੇਅਰ, ਅਤੇ ਹੁਣ ਚੱਲੇ ਹਾਂ ਬਸ ਲੈ ਕੇ ਬਾਬੇ ਦਾ ਨਾਮ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
ਉਹਦੀ ਲਿਫਟ ਨਹੀਂ ਚੱਕੀ ਸੀ, ਆ ਚੱਕੀ ਗਈ ਹੁਣ ਲਿਫਟ। ਅਤੇ ਇਹ ਹੈ ਸਿਸਟਮ ਵਧੀਆ ਇਹਦਾ, ਡਰਾਈਵ ਵੀ ਆਵਾਜ਼ ਬੜੀ ਘੈਂਟ ਹੈ ਇਹਦੀ ਤਾਂ, ਐਂ ਬੜਕਾ ਮਾਰਦਾ। ਮੰਮੀ ਦੇ ਰਹੇ ਨੇ ਗਰੇਪਸ ਖਾ ਲਓ, ਕਹਿੰਦੇ ਮੰਮੀ ਉਹਨੇ ਫਟਾਫਟ ਤੋੜ ਕੇ ਲੈ ਕੇ ਆਇਆ। ਮੈਂ ਯਾਰ ਆ ਕੇ ਗਾਊਂਗਾ ਮੰਮੀ, ਪਹਿਲਾਂ ਕੰਮ ਕਰ ਲਈਏ। ਜਦ ਇੱਕ ਹੋਰ ਚੀਜ਼ ਆ, ਦੇਖੋ ਗੇਅਰ ਵੀ 5 ਦਿੱਤੇ ਹੋਏ ਨੇ, ਨਹੀਂ ਬਾਕੀ ਟਰੈਕਟਰਾਂ ਦੇ 3 ਹੁੰਦੇ ਨੇ ਵੈਸੇ ਜ਼ਿਆਦਾਤਰ, ਜਿਹਦੇ ਦਿੱਤੇ ਨੇ 5 ਗੇਅਰ। ਮੈਂ ਲਾ ਲਓ ਫੁੱਲ ਭੱਜਦਾ, ਦੇਖੋ ਭਾਈ ਉਹਨੇ ਆਏ ਨੇ ਲੇਜ਼ਰ ਕਰਾ ਲਾਣ। ਇਹਦੇ ਨਾਲ ਐਨ ਸਾਰਾ ਲੈਵਲ ਪਤਾ ਲੱਗ ਜਾਂਦਾ ਕਿੱਧਰ ਉੱਚੀ ਆ, ਕਿਉਂਕਿ ਕੰਪਿਊਟਰਾਈਜ ਸਿਸਟਮ ਆ, ਆ ਸੈਂਟਰ 'ਚ ਲੱਗ ਦਿੰਦੇ ਨੇ ਅਤੇ ਫਿਰ ਸੈਂਸਰ ਨਾਲ ਦੱਸੀ ਜਾਂਦਾ ਕਿਹੜੀ ਜਗ੍ਹਾ 'ਤੇ ਉੱਚਾ ਕਿੱਧਰ ਨਹੀਂ। ਹੁਣ ਸਾਰਾ ਪਤਾ ਲੱਗ ਜੂਗਾ ਐਗਜੈਕਟ ਕਿ ਕਿਵੇਂ ਦਾ ਲਾਇਆ ਸੀ ਕਰਾ ਜਾਂ ਕਿਵੇਂ ਦਾ ਨਹੀਂ। ਭਾਈ ਲੇਜ਼ਰ ਵਾਲੇ ਭਾਈਆਂ ਨੇ ਸਾਨੂੰ ਦੱਸ ਕੇ ਗਏ ਨੇ ਕਿ ਕਹਿੰਦੇ ਆਹ ਵਾਲਾ ਏਰੀਏ ਜੋ ਸਾਰੀ ਮਿੱਟੀ ਚੱਕ ਕੇ ਉਹ ਪੌਨੇ 'ਚ ਲੈ ਕੇ ਜਾਣੀ ਆ। ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਨੇ, ਫਿਰ ਉਹਦੇ ਕਰਕੇ ਕਹਿੰਦੇ ਅਸੀਂ ਤੁਸੀਂ ਇੰਨਾ ਚਿਰ ਮਿੱਟੀ ਇਹਦੇ ਨਾਲ ਚੱਕ ਕੇ ਸਿੱਟ ਲਓ, ਜੇ ਅਸੀਂ ਦੂਜੇ ਖੇਤ 'ਚ ਭੇਜਿਆ ਕਿ ਉੱਧਰ ਵੀ ਲੱਗਣਾ ਸੀ ਲੇਜ਼ਰ ਕਰਾ, ਕਿ ਇੰਨਾ ਚਿਰ ਵਰਿੰਦਰ ਉੱਧਰ ਜਾ ਕੇ ਲਵਾ ਲੂਗਾ ਅਤੇ ਮੈਂ ਆਹ ਸਾਰੀ ਮਿੱਟੀ ਚੱਕ ਕੇ ਉੱਧਰ ਸਿੱਟ ਦੂੰਗਾ। ਆਪਾਂ ਹੁਣ ਛੋਟਾ ਕਰਾ ਤਾਰ ਕੇ ਇਹਦੇ ਪਿੱਛੇ ਲਾਵਾਂਗੇ, ਆਪਾਂ ਹੁਣ ਵੱਡਾ ਕਰਾ ਆ ਰਿਹਾ ਜੀ ਵੱਡਾ ਕਰਾ। ਹੁਣ ਇਹ ਭਾਰੀ ਹੈ, ਮੈਂ ਕਿਹਾ ਚਲੋ ਵੱਡਾ ਟਰੈਕਟਰ ਹੈ ਇਹਦੇ ਲਾ ਦਈਏ, 4x4 ਹੈ, ਹੈਵੀ ਮਿੰਟ 'ਚ ਚੱਕ ਲੂਗਾ। ਅਤੇ ਆਹ ਕੰਮ ਮੈਨੂੰ ਸਭ ਤੋਂ ਔਖਾ ਲੱਗਦਾ, ਇਹ 'ਚ ਦੂਜੇ ਬੰਦੇ ਦੇ ਵੀ ਸੱਟ ਵੱਜਣ ਦਾ ਡਰ ਹੁੰਦਾ ਜਿਵੇਂ ਡਿੱਪਲ ਪਿੱਛੇ ਖੜ੍ਹੇ ਆ, ਕਿਉਂਕਿ ਇਹ 'ਚ ਜੇ ਆਪਾਂ ਇੱਕ ਵਾਰ ਤਾਂ ਕਲੱਚ ਛੱਡਤਾ ਤਾਂ ਅੱਗੇ ਨੂੰ ਟਰੈਕਟਰ ਵੱਜੂਗਾ ਤਾਂ ਵੀ ਉਹਦੇ ਸੱਟ ਵੱਜ ਸਕਦੀ ਹੈ, ਜੇ ਆਪਾਂ ਕਲੱਚ ਪੂਰਾ ਵੀ ਦੱਬਤਾ ਤਾਂ ਟਰੈਕਟਰ ਫਰੀ ਹੋ ਕੇ ਪਿੱਛੇ ਨੂੰ ਹੋਊਗਾ ਤਾਂ ਵੀ ਸੱਟ ਵੱਜ ਸਕਦੀ ਹੈ। ਇਹਦੇ ਨਾਲ ਆਪਾਂ ਨੂੰ ਨਾਲ ਨਾਲ ਬ੍ਰੇਕ 'ਤੇ ਵੀ ਕੰਟਰੋਲ ਰੱਖਣਾ ਪੈਂਦਾ, ਹੋ ਗਿਆ ਫਿੱਟ। ਹੁਣ ਆਪਾਂ ਹੁਣ ਚੱਲੇ ਆਪਾਂ ਹੁਣ ਆਪਾਂ ਸਿੱਟ ਦੇਣੀ ਆ ਚੱਕ ਕੇ ਮਿੱਟੀ, ਜਿੱਧਰ ਬਾਈ ਦੱਸ ਕੇ ਗਿਆ ਲੇਜ਼ਰ ਵਾਲਾ ਬਾਈ, ਉੱਧਰ ਆਪਾਂ ਸਿੱਟ ਦਾਂਗੇ। ਇੰਨੇ 'ਚ ਬਾਈ ਵੀ ਆ ਜੂਗਾ, ਜ਼ੋਰ ਚੈੱਕ ਕਰੋ, ਇੱਕ ਵਾਰ ਵੀ ਸਲਿੱਪ ਨਹੀਂ ਕੱਢ ਰਿਹਾ ਟਾਇਰ ਹੈਗਾ 4x4 ਦਾ। ਆਹ ਫਾਇਦਾ ਮਿੰਟ 'ਚ ਮਿੱਟੀ ਚੱਕ ਕੇ ਉਹ ਲੈ ਗਿਆ, ਦੇਖ ਲਓ ਸਿਰੇ ਤੱਕ। ਵਰਿੰਦਰ ਲੈ ਕੇ ਆਇਆ ਚਾਹ, ਜੌਨ ਡੀਅਰ ਤਾਂ ਵਧੀਆ, ਮੈਂ ਕਹਿੰਦਾ ਜੌਨ ਡੀਅਰ ਦਾ ਜ਼ਿਆਦਾ ਵਧੀਆ ਚੱਲ ਰਿਹਾ, ਜਿਹੜਾ ਉਹਦੇ ਗੇਅਰ ਨਹੀਂ ਅੜਦੇ ਹੈਗੇ, ਗੇਅਰ ਜ਼ਿਆਦਾ ਵਧੀਆ ਪੈਂਦੇ ਨੇ ਅਤੇ ਉਹਦਾ ਅਗਲੇ ਟਾਇਰ ਵੀ ਛੋਟੇ ਨੇ ਉਹਦੇ ਕਰਕੇ ਹੈਂਡਲਿੰਗ ਵੀ ਜ਼ਿਆਦਾ ਵਧੀਆ। ਪਰ ਜੇ ਜ਼ੋਰ ਦੇ ਮੁਤਾਬਿਕ ਦੇਖੀਏ ਤਾਂ ਵੀ ਫਿਰ ਉਹ ਅਰਜਨ ਆ, ਫਿਰ ਅਰਜਨ ਇੱਕ ਵਾਰ ਵੀ ਨਹੀਂ ਗੜਿਆ ਹੈਗਾ। 12 ਦੇ ਲੱਗੇ ਹੋਏ ਹੁਣ ਜਾ ਕੇ, 7 ਜਾ ਕੇ ਜਿਹੜਾ ਕੰਮ ਉਹ ਬਾਈ ਦੱਸ ਕੇ ਗਿਆ ਸੀਗਾ ਲੇਜ਼ਰ ਕਰਾ ਵਾਲਾ, ਉੱਧਰੋਂ ਚੱਕ ਚੱਕ ਕੇ ਮਿੱਟੀ ਆਪਾਂ ਸਿੱਟ ਤੀ। ਹੁਣ ਦੁਬਾਰ ਤੋਂ ਆਇਆ ਬਾਈ, ਉਹ ਬਾਈ ਨੇ ਮਸ਼ੀਨ ਲਾ ਤੀ, ਤੁਹਾਨੂੰ ਦਿਖਾਉਂਦੇ ਹਾਂ ਅਤੇ ਕਿਵੇਂ ਪ੍ਰੋਸੈਸ ਚੱਲਦਾ, ਅਤੇ ਹੁਣ ਦੇਖਦੇ ਹਾਂ ਕਿ ਮਤਲਬ ਜਿਹੜਾ ਅਸੀਂ ਕਰਿਆ ਲੈਵਲ ਉਹ ਠੀਕ ਕਰਿਆ ਜਾਂ ਨਹੀਂ। ਲਓ ਬਾਈ ਨੇ ਰੱਖ ਤੀ ਮਸ਼ੀਨ ਕੱਟ ਕੇ ਉਹਦੇ ਉੱਪਰ, ਇਹ ਸੈਂਸਰ ਆ ਜਿਹੜਾ ਉਹਨੂੰ ਇੱਧਰ ਭੇਜਦਾ ਸਿਗਨਲ ਉਹਦੇ ਕੋਲ ਉੱਪਰ। ਸਾਰੇ ਪਾਸੋਂ ਚੈੱਕ ਕਰ ਲਿਆ ਕਿ ਬਰਾਬਰ ਵੀ ਹੈਗਾ ਇਹ, ਨਹੀਂ ਹੈਗਾ ਤਾਂ ਚੱਕ ਕੇ ਸੈੱਟ ਕਰਕੇ ਉੱਪਰ ਨੀਚੇ ਕਰ ਲੈਂਦੇ ਹਾਂ।
ਵਾਟਰ ਲੈਵਲ ਚੈੱਕ ਕਰ ਰਹੇ ਨੇ। ਹਜੇ ਕੰਮ ਮੁੱਕਿਆ ਨਹੀਂ ਹੈਗਾ, ਬਾਈ ਨੇ ਦੱਸਿਆ ਕਹਿੰਦਾ ਹਜੇ ਹੋਰ ਮਿੱਟੀ ਪਊਗੀ, ਇੱਧਰੋਂ ਚੱਕ ਕੇ ਲੈ ਕੇ ਆਓ, ਨਾਲ ਨਾਲ ਲੇਜ਼ਰ ਕਰਾ ਚੱਲੀ ਜਾਊਗਾ, ਹੁਣ ਦੁਬਾਰਾ ਤੋਂ ਫਿਰ ਟਰੈਕਟਰ 'ਤੇ ਬਹਿ ਜਾਣਾ। ਹੋ 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 ਅੱਜ ਤਾਂ ਬਾਹਲੀ ਮੱਤ ਵੱਜੀ ਆ। ਆਪਾਂ ਉਰੋਂ ਦੀ ਮਿੱਟੀ ਚੱਕ ਕੇ ਉਹ ਸਾਹਮਣੇ ਜਿੱਥੇ ਟੋਰਚ ਚੱਲ ਰਹੀ ਆ ਆਹ ਉਰੇ ਲੈ ਕੇ ਜਾਣੀ ਆ। ਖਾਣ ਲੱਗੇ ਜੀ ਰੋਟੀ, ਵਰਿੰਦਰ ਲੈ ਕੇ ਆਇਆ ਰੋਟੀ, ਲੈ ਕੇ ਆਪ ਹੀ ਖਾਣ ਲੱਗ ਗਿਆ। ਰੋਟੀ ਖਾ ਕੇ ਹੁਣ ਸਵੇਰੇ ਆਣਗੇ ਬਾਈ ਹੋਣੀ, ਹਜੇ ਲੱਗੇ ਹੋਏ ਨੇ, ਜਿੰਨਾ ਕੁ ਟਾਈਮ ਉਹ ਕਰ ਰਹੇ ਨੇ ਉਨਾ ਕੁ ਟਾਈਮ ਕੰਮ ਉੱਥੇ ਚੱਲੂਗਾ। ਫਿਰ ਉਹ ਬਾਈ ਹੋਣੀ ਆਣਗੇ ਸਵੇਰੇ 6 ਵਜੇ, 6 ਵਜੇ ਉੱਠ ਕੇ ਫਿਰ ਉਰੇ ਖੇਤਾਂ 'ਚ ਪਹੁੰਚ ਜਾਣਾ। ਹੁਣ ਕਿੰਨਾ ਟਾਈਮ ਹੋ ਗਿਆ ਵਰਿੰਦਰ? 10, 10:30 ਹੋਏ ਆ, 10:30 ਹੋ ਗਏ। 10 ਹੋ ਗਏ, ਚਲੋ ਦੱਸੋ ਵੀ ਟਾਈਮ ਕਿੰਨਾ ਹੋ ਗਿਆ ਹੁਣ ਸਾਰਿਆਂ ਦੇ ਅੱਡ ਅੱਡ ਟਾਈਮ ਬੋਲ। 10:14 ਹੋ ਗਏ, ਨਾ ਵਰਿੰਦਰ ਸਹੀ ਆ ਨਾ ਮੈਂ ਸਹੀ ਆ, ਤੇ ਗੁੱਜਰ ਗਰੁੱਪ ਸਹੀ। ਚਲੋ ਜੀ ਫਿਰ ਹੁਣ ਬਸ ਰੋਟੀ ਰੋਟੀ ਖਾ ਕੇ ਹੁਣ ਅਸੀਂ ਵੀ ਚੱਲੇ ਹਾਂ ਘਰੇ ਤੇ ਸੋ ਜਾਵਾਂਗੇ ਜਾਣ ਸਾਰ। ਤੇ ਅੱਜ ਦਾ ਵਲੋਗ ਆਪਣਾ ਇੱਥੇ ਤੱਕ ਹੀ ਸੀ, ਜੇ ਵਧੀਆ ਲੱਗਿਆ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ, ਤੇ ਸਵੇਰੇ 6 ਵਜੇ ਉੱਠ ਕੇ ਫਿਰ ਬਣਾਉਂਦੇ ਹਾਂ ਵੀਡੀਓ। ਜੀ ਮੈਂ ਰਹਿ ਗਿਆ ਇਕੱਲਾ, ਤੇ ਰਾਤ ਦੇ ਵੱਜ ਗਏ 1, ਤੇ ਸਾਰੇ ਚੱਲ ਗਏ ਸੀ 11:00 ਵਜੇ, ਤੇ ਮੈਨੂੰ ਕਿਹਾ ਸੀਗਾ ਕਿ ਸਾਰੀ ਜਗ੍ਹਾ ਵਾਹ ਦੇਣੀ ਆ ਇਹਦੇ ਨਾਲ ਤਵੀਆਂ ਨਾਲ, ਤੇ ਮੈਂ ਵਾਹ ਚੁੱਕੇ ਹਾਂ, ਤੇ ਹੁਣ ਬਸ 1 ਗੇੜਾ ਰਹਿ ਗਿਆ ਤੇ ਲਾ ਕੇ ਫਿਰ ਮੈਂ ਚੱਲ ਜਾਣਾ, ਕਿਉਂਕਿ ਮੈਨੂੰ ਕਹਿੰਦੇ ਸੀ ਕਿ ਸਵੇਰੇ 5:30 ਵਜੇ ਪਹੁੰਚੀ ਤੇ ਆਹੀ ਕਰਦੀ। ਮੈਂ ਕਿਹਾ ਯਾਰ ਮੈਂ ਸਵੇਰੇ ਸਵੇਰੇ ਨਹੀਂ ਉੱਠਦਾ, ਮੈਂ ਹੁਣ ਹੀ ਕਰ ਦੂੰਗਾ ਸਾਰਾ ਕੁਛ, ਪਰ ਮੈਨੂੰ ਸਵੇਰੇ ਨਾ ਤੰਗ ਕਰਿਓ, ਸਵੇਰੇ ਉੱਠਣਾ ਬਹੁਤ ਔਖਾ ਲੱਗਦਾ ਮੈਨੂੰ। ਤੇ ਮੈਂ ਹੁਣ ਰਾਤ ਨੂੰ ਹੁਣ ਲਾ ਲਓ 1 ਵੱਜ ਗਿਆ, ਤੇ 10-15 ਮਿੰਟ ਹੋਰ ਲੱਗਣਗੇ ਆਹ ਸਾਰਾ ਨਿਬੇੜ ਕੇ, ਤੇ ਫਿਰ ਮੈਂ ਫਿਰ ਜਾਊਂਗਾ, ਮੈਨੂੰ ਸਵੇਰੇ ਨਹੀਂ ਤੰਗ ਕਰਨਗੇ, ਨਹੀਂ ਨਹੀਂ ਮੈਨੂੰ ਸਵੇਰੇ ਠਾਲ ਦਿੰਦੇ। ਤੇ ਹੁਣ ਬਸ ਆਪਾਂ ਇਕੱਲੇ ਹੀ ਹਾਂ, ਉਸ ਸਿਰੇ ਤੱਕ ਮੈਂ ਸਾਰੀ ਜ਼ਮੀਨ ਵਾਹਿਆ ਆ, ਬਸ ਆਹ ਰਹਿ ਗਿਆ ਥੋੜ੍ਹਾ ਜਿਹਾ ਏਰੀਆ, ਬਸ ਇਹ ਵਾਹ ਕੇ ਵਾ ਫਿਰ ਚੱਲਦੇ ਆ। ਪਹਿਲਾਂ ਤਾਂ ਨਾ ਮੇਰੇ ਫੋਨ ਦੀ ਬੈਟਰੀ ਜਮੀ ਲੋਅ ਹੋ ਗਈ, ਲਾ ਲਓ 2-3% ਸੀਗੀ, ਅਤੇ ਮੈਂ ਕਿਹਾ ਚੱਲ ਮੈਂ ਪੈਨ ਡਰਾਈਵ ਹੈਗੀ ਆ ਅਤੇ ਉਹਦੇ 'ਤੇ ਗਾਣੇ ਲਾ ਲੂੰਗਾ, ਅਤੇ ਪਹਿਲਾਂ ਤਾਂ ਅਜੀਬ ਅਜੀਬ ਜਿਹੇ ਗਾਣੇ ਚੱਲੀ ਗਏ, ਫਿਰ ਮੈਨੂੰ ਨਾ ਬੱਬੂ ਮਾਨ ਦੀ ਇੱਕ ਲਾ ਲਓ ਹੈ ਨਾ ਪੂਰੀ ਐਲਬਮ ਲੱਭ ਗਈ ਵਾ, ਫਿਰ ਉਹ ਰਿਪੀਟ 'ਤੇ ਚੱਲੀ ਗਈ, ਬਸ ਉਹਦੇ ਕਰਕੇ ਮੇਰਾ ਇੰਨਾ ਟਾਈਮ ਲੰਘ ਗਿਆ। ਨਹੀਂ ਬਹੁਤ ਔਖਾ ਆਉਣਾ ਸੀਗਾ, ਕਿਉਂਕਿ ਨਾ ਮੈਂ ਕਨੈਕਟ ਕਰ ਸਕਦਾ ਸੀ ਫੋਨ, ਜੇ ਕਨੈਕਟ ਕਰ ਲੈਂਦਾ ਤਾਂ ਲਾ ਲਓ ਹੈ ਨਾ ਫੋਨ ਬੰਦ ਹੋ ਜਾਣਾ ਸੀਗਾ, ਬੈਟਰੀ ਲੋਅ ਸੀਗੀ, ਅਤੇ ਮੇਰਾ ਵਧੀਆ ਟਾਈਮ ਪਾਸ ਹੋ ਗਿਆ, ਨਾਲੇ ਆਪਣਾ ਕੰਮ ਵੀ ਨਿਬੜ ਗਿਆ, ਹੁਣ ਮੈਨੂੰ ਸਵੇਰੇ ਤੰਗ ਵੀ ਨਹੀਂ ਕਰਨਗੇ, ਅਤੇ ਆਰਾਮ ਨਾਲ ਉੱਠਾਂਗੇ ਜਿੰਨੇ ਮਰਜ਼ੀ ਵਜੇ। ਹੁਣ ਉਹਨਾਂ ਦੀ ਜ਼ਿੰਮੇਵਾਰੀ, ਆਪਾਂ ਜਿੰਨਾ ਸੀਗਾ ਕੰਮ ਸਾਰਾ ਨਿਬੇੜਤਾ। ਅਤੇ ਇੱਕ ਗੱਲ ਹੋਰ, ਹੁਣ ਥੋੜ੍ਹਾ ਜਿਹਾ ਮੈਨੂੰ ਔਖਾ ਵੀ ਆ, ਕਿਉਂਕਿ ਮੈਂ ਹੈ ਇਕੱਲਾ ਆ, ਅਤੇ ਇਹ ਹੁਣ ਆਪਾਂ ਤਾਰ ਕੇ ਉਰੇ ਹੀ ਹੈਰੋ ਉਰੋ ਦੀ ਜਾਣਾ, ਅਤੇ ਉਹਦੇ ਕਰਕੇ ਹੁਣ ਮੈਨੂੰ ਕੀ ਆ ਕਿ ਮੈਂ ਥੱਲੇ ਉਤਰੂੰਗਾ ਤਾਂ ਮੈਨੂੰ ਥੋੜ੍ਹੀ ਜਿਹੀ ਟੈਨਸ਼ਨ ਹੈ, ਕਿਉਂਕਿ ਉਰੇ ਨਾ ਕੁੱਤੇ ਨੇ, ਅਤੇ ਕੁੱਤੇ ਮਤਲਬ ਲਾ ਲਓ ਹੱਡਾ ਰੋੜੀ ਵਾਲੇ ਕੁੱਤੇ ਨੇ, ਜਿਹਨਾਂ ਨੇ ਪਹਿਲਾਂ ਵੀ ਸਾਡੇ ਉਰੇ ਪਿੰਡ ਦੇ ਵਿੱਚ ਇੱਕ ਜਵਾਕ ਮਾਰਤਾ, ਅਤੇ ਪਹਿਲਾਂ ਇੱਕ ਬਹੁਤ ਪਹਿਲਾਂ ਇੱਕ ਬੰਦਾ ਵੀ ਮਾਰਿਆ ਸੀਗਾ, ਕਿ ਉਹਦਾ ਇੱਕ ਹੱਥ ਨਹੀਂ ਸੀਗਾ, ਅਤੇ ਉਹ ਸਾਲੇ ਸ਼ਿਕਾਰ ਖੇਡਣ ਦੇ ਉਹ ਨੇ ਸ਼ੌਕੀਨ ਲਾ ਲਓ ਹੈ ਨਾ, ਅਤੇ ਉਹਨਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹਿਣਾ ਪੈਣਾ, ਕਿਤੇ ਸਾਲੇ ਉਰੇ ਹੀ ਨਾ ਫਿਰਦੇ ਹੋਣ, ਮੈਂ ਹੈ ਇਕੱਲਾ ਅਤੇ ਮੇਰੇ ਕੋਲ ਕੁਛ ਹੈ ਵੀ ਨਹੀਂ ਡੰਡਾ ਸੋਟਾ, ਅਤੇ ਉਹਨਾਂ ਤੋਂ ਡਰ ਆ ਬਸ, ਹੋਰ ਕੁਛ ਨਹੀਂ।
ਤੇ ਬਾਕੀ ਮੈਨੂੰ ਵਰਿੰਦਰ ਜਾਂਦੇ ਹੋਏ ਕਹਿ ਕੇ ਵੀ ਗਿਆ ਸੀ ਕਿ ਬਸ ਧਿਆਨ ਰੱਖੀ ਕਿ ਆਲੇ ਦੁਆਲੇ ਦੇਖ ਕੇ ਫਿਰ ਹੈਰੋ ਤਾਰੀ, ਨਹੀਂ ਨਾਲ ਹੀ ਸਮੇਤ ਲਿਆ ਹੀ ਕੁਛ ਨਹੀਂ ਹੁੰਦਾ, ਪਰ ਆਪਾਂ ਦੇਖ ਕੇ ਤਾਰ ਦਾਂਗੇ ਤੇ ਫਿਰ ਆਪਾਂ ਘਰੇ ਜਾਵਾਂਗੇ ਤੇ ਬਾਕੀ ਦੇਖਦੇ ਹਾਂ ਕੀ ਬਣਦਾ। ਓਕੇ ਜੀ, ਹੁਣ ਜੀ ਆਪਾਂ ਤਾਰਨ ਲੱਗੇ ਹੈਰੋ ਤੇ ਲਿਫਟ ਆਪਾਂ ਨੂੰ ਥੋੜ੍ਹੀ ਜਿਹੀ ਉੱਪਰ ਨੀਚੇ ਕਰਨੀ ਪਊਗੀ, ਦੇਖਦੇ ਹਾਂ ਕਿਉਂਕਿ ਨਿਕਲ ਨਹੀਂ ਰਹੀ ਹੈਗੀ। ਮੈਨੂੰ ਲੱਗਦਾ ਮੈਨੂੰ ਫੋਨ ਹੀ ਬੰਦ ਕਰਨਾ ਪੈਣਾ। ਇਹ ਆਪਾਂ ਇਹਨੂੰ ਕੱਢਣਾ ਬਾਹਰ ਅਤੇ ਆਹ ਫਸ ਕੇ ਆ ਟਰੈਕਟਰ ਅੱਗੇ ਪਿੱਛੇ ਕਰਨਾ ਪੈਣਾ ਕਿਉਂਕਿ ਮੈਂ ਉਰੋਂ ਦੀ ਲਿਫਟ ਉੱਪਰ ਨੀਚੇ ਕਰਕੇ ਦੇਖ ਲਈ, ਉਹ ਨਿਕਲ ਨਹੀਂ ਰਹੀ, ਬਣ ਨਹੀਂ ਰਹੀ ਗੱਲ। ਬਾਕੀ ਦੇਖਦੇ ਹਾਂ ਜੇ ਨਿਕਲਦਾ ਅੱਗੇ ਪਿੱਛੇ ਕਰਨਾ ਪੈਣਾ ਟਰੈਕਟਰ ਮੈਨੂੰ। ਚਲੋ ਮੈਂ ਹੁਣ ਫੋਨ ਕੈਮਰਾ ਵੀਡੀਓ ਬਣਾ ਨਹੀਂ ਸਕਦਾ ਹੈਗਾ, ਸੋਰੀ। ਹੈਰੋ ਆਪਾਂ ਕੱਢਤੀ ਅਤੇ ਆਹ ਦੇਖੋ ਕੱਢਤੀ ਆਪਾਂ ਹੁਣ, ਅਤੇ ਹੁਣ ਚੱਲੇ ਆਪਾਂ ਘਰੇ। ਫੋਨ ਦੀ ਬੈਟਰੀ ਹੋਈ ਤਾਂ ਮੈਂ ਅੱਗੇ ਵੀ ਵੀਡੀਓ ਬਣਾਊਂਗਾ, ਨਹੀਂ ਫਿਰ ਗੁੱਡ ਨਾਈਟ ਆ ਅੱਜ ਦਾ ਬਲੌਗ ਮੈਂ ਇੱਥੇ ਤੱਕ ਹੀ ਸੀ। ਪਿਆ ਅੱਡ ਨਾਲ ਇਹਦੀ ਅੱਡ ਟਾਈਮ ਗਿਰ ਜੇ ਕਿਤੇ, ਜਾਂ ਬੰਦਾ ਟਰੈਕਟਰ ਚਲਾਏ ਜਾਂ ਇਹਨੂੰ ਸਾਬੇ।